ਸੋਡੀ ਪ੍ਰੋਡਕਸ਼ਨ ਪੇਸ਼ ਕਰਦੇ ਨੇ ਨਿਸ਼ਾਨੀਆਂ ਗੁਰੂ ਸਹਿਬਾਨ ਨਿਸ਼ਾਨੀਆਂ ਗੁਰੂ ਸਹਿਬਾਨ ਇਤਿਹਾਸ ਦੇ ਪੰਨੇ ਗਿਆਨ ਦਾ ਐਸਾ ਡੂੰਘਾ ਸਾਗਰ ਨੇ ਜਿਸ ਵਿੱਚ ਸੁਰਤ ਰੂਪੀ ਟੁੱਬੀ ਲੱਗ ਜਾਏ ਉਹ ਅਮੋਲਕ ਹੀਰੇ ਲੱਭਦੇ ਨੇ ਜਿਹੜੇ ਸਾਡੀ ਸੋਚ ਤੋਂ ਵੀ ਪਰੇ ਨੇ। ਇਹ ਹੁਕਮਨਾਮਾ ਤਖਤ ਸ੍ਰੀ ਅਨੰਦਪੁਰ ਸਾਹਿਬ ਤੋਂ ਲਿਖਿਆ ਗਿਆ। ਸੰਖੇਪ ਜਿਹੀ ਵਾਰਤਾ ਸੁਣਾ ਦੇਵਾਂ। ਇੱਕ ਉੱਪਰ ਲਿਖਿਆ ਹੋਇਆ ਏ, ਮੇਰ ਚੰਦਾ ਤੁਸੀਂ ਛੇਤੀ ਆਵਣਾ ਰਹਿਣਾ ਨਹੀਂ। ਤੇਰੇ ਉੱਪਰ ਮੇਰੀ ਬਹੁਤ ਖੁਸ਼ੀ ਹੈ, ਘੋੜੇ ਘੋੜੀਆਂ ਬੰਦੂਕਾਂ ਲੈ ਕਰ ਆਵੀ। ਦੂਸਰਾ ਤੁਸੀਂ ਤੱਕ ਰਹੇ ਹੋ, ਇਹ ਰੱਸੀ ਦੇ, ਇੰਨਾ ਸਮਾਨ ਤੁਹਾਡਾ ਸਾਡੇ ਕੋਲ ਪਹੁੰਚ ਗਿਆ ਏ। ਭਾਈ ਰੂਪ ਚੰਦ ਜੀ ਦੇ ਪਰਿਵਾਰ ਵੱਲ ਭੇਜਿਆ ਗਿਆ ਇਹ ਹੁਕਮਨਾਮਾ ਤੇ ਇੱਕ ਰਸੀਦ। ਤੁਸੀਂ ਕਰੋ ਦਰਸ਼ਨ। ਇਹ ਹੁਕਮਨਾਮੇ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਜਦੋਂ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਤਾਰਿਆ। ਮਾਤਾ ਗੁਜਰ ਕੌਰ ਜੀ ਨੇ ਭਾਈ ਰੂਪ ਚੰਦ ਜੀ ਦੇ ਪਰਿਵਾਰ ਵੱਲ ਨੂੰ ਲਿਖਿਆ। ਇਹ ਭਾਈ ਗਿਆਨ ਚੰਦ ਜੀ ਦੇ ਨਾਮ ਤੇ ਲਿਖਿਆ ਹੋਇਆ ਹੈ। ਇਹਦੀ ਸੰਖੇਪ ਜਿਹੀ ਵਾਰਤਾ ਤੁਹਾਨੂੰ ਸੁਣਾ ਦੇਵਾਂ। ਦਰਿਆ ਬਹੁਤ ਚੜਿਆ ਹੋਇਆ ਏ, ਇਸ ਕਰਕੇ ਆਦਮੀ ਕੋਈ ਨਹੀਂ ਭੇਜਿਆ। ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਪ੍ਰਸ਼ਾਦ ਕਰਵਾਉਣਾ ਹੈ, ਲੰਗਰ ਵਰਤਾਉਣਾ ਹੈ। ਇਹ ਆਪ ਜੀਆਂ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੈ। ਥੱਲੇ ਕਿਸੇ ਸੇਵਕ ਨੇ ਵਾਰਤਾ ਲਿਖੀ ਏ, ਆ ਤੁਸੀਂ ਦੇਖੋ ਉੱਪਰ ਬਰੀਕ ਅੱਖਰਾਂ ਵਿੱਚ ਮਾਤਾ ਗੁਜਰ ਕੌਰ ਜੀ ਨੇ ਲਿਖਿਆ ਹੋਇਆ ਹੈ। ਇਹ ਹੁਕਮਨਾਮਾ ਤਖਤ ਦਮਦਮਾ ਸਾਹਿਬ ਤੋਂ ਬਰਾੜਾਂ ਦੀ ਸੰਗਤ ਤੇ ਭਾਈ ਰੂਪ ਚੰਦ ਜੀ ਦੇ ਪਰਿਵਾਰ ਵੱਲ, ਭਾਈ ਰੂਪ ਚੰਦ ਜੀ ਦੇ ਪੁੱਤਰ ਧਰਮ ਸਿੰਘ ਤੇ ਪਰਮ ਸਿੰਘ ਜੀ ਦੇ ਨਾਮ ਤੇ ਲਿਖਿਆ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਤਖ ਦਮਦਮਾ ਸਾਹਿਬ ਤੋਂ ਤੁਰਨ ਲੱਗੇ ਸਨ ਤੇ ਲਿਖ ਭੇਜਿਆ, ਅਸੀਂ ਇੱਥੋਂ ਕੂਚ ਕਰਨ ਲੱਗੇ ਹਾਂ, ਬਲਦਾਂ ਦੀ ਲੋੜ ਹੈ, ਬਲਦ ਭੇਜਣਾ, ਜਿਸ ਸੰਗਤਾਂ ਨੇ ਨਾਲ ਜਾਣਾ ਹੋਵੇ ਤਿਆਰ ਹੋ ਕੇ ਆ ਜਾਣ, ਰੂਪੇ ਕੀ ਨਗਰੀ ਸੁਖ ਵਸੇ। ਨਿਸ਼ਾਨੀਆਂ ਗੁਰੂ ਸਹਿਬਾਨ